जोगी साहब ओ जाइयो ना यार, एक छरी ते चढ़िया पिया सब। ओए ओए किथे तेरी निगाह पाए गई, ये तो बस अचानक ही नजर पई है। इत्थे दरख्तां ते भी चढ़ जांदे आ। खुडा पटदे रहे नहीं लभिया। अच्छा नेवलिया तू डरते ना अपने आ गया। ये तो असि इदा अचानक जा रहे थे नजर पई है नहीं सप फिर जो फड़ लेंदे हो तो फिर कर दे की हो। जनाब असी तेल कट लईए दवाई बना लईए जिहड़ा असी बीन तो बिना पकड़े हुण जिवें हुण पकड़िया है ना। हाँ जी हाँ जी ये साडे कारोबार दे मतलब अच्छा भला वेच दईए भला दवाई बना लईए भला तेल कट लईए सारे साडे कारोबार दे मतलब च आ जांदा। अच्छा अच्छा जिहड़ा असी बीन ते पकड़े उहदे नाल ऐद करनी पैंदी है कलाम करनी पैंदी है कलाम दे रस्म सिरना पैंदा। अच्छा अच्छा तो साडे किसे बाहर यानी कि इहदी तुसीं दवाई दवुई बणाउंदे हो सारा। हां जी दवाई दवाई जिवें हुण पकड़े दी हुण दवाई बना लईए तेल कट लईए रख लईए वेच लईए साडे कारोबार दे मतलब च। बार जंग जा हसलपुर आला जखीरा हो गया बहलपुर आला जखीरा हो गया लाल सवारा हो गया उधर जाके आजाद कर दिंदे। अच्छा अच्छा जितने दिन की आयत करी ਉਹਦਾ ਫਿਰ ਡੰਗ ਡੂੰਗ ਕੱਢ ਕੇ ਕਰਦੇ ਹੋ ਕਿ ਉਦਾਂ ਹੀ ਕਿਉਂਕਿ ਉਹ ਫਿਰ ਉੱਥੇ ਵੀ ਤੇ ਲੋਕ ਰਹਿੰਦੇ ਆ ਨਾ ਨਹੀਂ ਕੱਢ ਕੇ ਉਹਦੇ ਫਿਰ ਬਾਹਰ ਦੇ ਵਿੱਚ ਟਿੱਬੇ ਦੇ ਵਿੱਚ ਉਹਦੇ ਟਿੱਬੇ ਤੇ ਰੂਹੀਆਂ ਪੈ ਜਾਂਦੀਆਂ ਨੇ ਉਹਦਾ ਬੰਦਾ ਨਹੀਂ ਵੜ ਸਕਦਾ। ਹਾਂਜੀ ਬਿਲਕੁਲ ਸਿੱਧਾ ਕੋਈ ਨਹੀਂ ਬੰਦਾ ਉਸਦੇ ਵਿੱਚ। ਹਾਂ ਹਾਂ ਜਿਹਨੇ ਖੌਫ ਆਉਂਦਾ ਸਾਰਾ ਜਿੱਥੇ ਜਨਾਂ ਨੂੰ ਸਕਦੇ। ਅੱਛਾ ਹਾਂਜੀ ਉੱਥੇ ਫਿਰ ਆਜ਼ਾਦ ਫਿਰਦੇ ਰਹਿੰਦੇ ਆ ਆਪਣਾ ਆਜ਼ਾਦ ਉੱਤੇ ਖਬਰ ਕਿਹੜਾ ਕੋਈ ਅਸੀਂ ਇੱਕ ਪਕੜ ਕੇ ਸਾਡੀ ਦੁਨੀਆ ਜੋਗੀ ਹਜ਼ਾਰਾਂ ਫਿਰਦੇ ਨੇ ਕਿਸੇ ਨੇ 4 ਫੜ ਲਏ ਕਿਸੇ ਨੇ 5 ਫੜ ਲਏ ਫਿਰ ਇੱਕ ਦੋ ਬੰਦਿਆਂ ਦਾ ਮੇਲ ਹੁੰਦਾ ਸਾਡਾ ਦੋ ਤਿੰਨ ਬੰਦੇ ਫਿਰ ਕਿਰਾਇਆ ਦੇ ਦਿੰਨੇ ਆ ਉਹ ਜਾ ਕੇ ਥੱਲੇ ਦੇ ਥੱਲੇ ਚੌਰੀ ਸਭ ਪਰੇ। ਅੱਛਾ ਸੱਪਾਂ ਦੇ ਹਾਂ ਹਾਂ ਉਹ ਜਾ ਕੇ ਜਾਂਦੇ ਯਾਨੀ ਕਿ ਜਿਨ੍ਹਾਂ ਨਾਲ ਤੁਸੀਂ ਐਤ ਸੱਪਾਂ ਨਾਲ ਕੀਤਾ ਹੁੰਦਾ ਕਿ ਇਹਨਾਂ ਨੂੰ ਆਜ਼ਾਦ ਕਰਾਂਗੇ। ਹਾਂ ਜੀ ਉਹਨਾਂ ਨੂੰ ਅਸੀਂ ਆਜ਼ਾਦ ਕਰ ਦਿੰਦੇ। ਅੱਛਾ 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 ਉਹ ਆਪਣਾ ਉੱਥੇ ਆਜ਼ਾਦ ਫਿਰਨ ਜਾਂਦੇ ਆਜ਼ਾਦ ਫਿਰਦੇ ਨੇ ਫਿਰ ਜਨਾਬ ਉਹ ਗੱਲ ਹੁੰਦੀ ਹੈ ਉੱਥੇ ਨਾ ਕਿਸੇ ਦਾ ਉੱਥੇ ਮਰੱਬਾ ਹੈ ਕਿਧਰੇ ਨਾ ਕਿਸੇ ਦਾ ਡੇਰਾ ਹੈ ਉਹ ਜ਼ਖੀਰਾ ਹੈ ਪੂਰੇ ਨਾ ਤੇਰੇ 5-7 ਮੀਲ ਤੋਂ ਵੀ ਜ਼ਿਆਦਾ ਜ਼ਖੀਰਾ ਇੰਨਾ ਉੱਥੇ ਸਾਰਾ ਜ਼ਖੀਰਾ ਹੈ। ਚੱਲੀਏ ਨਾ ਯਾਰ ਉਹ ਦੇਖ ਕੇ ਆਈਏ ਠੀਕ ਹੈ ਜਦੋਂ ਜਾਣਾ ਮੈਂ ਤੁਸੀਂ ਸਭ ਜਨਾਬ ਚੌਰੀ ਸਾਹਿਬ ਲੰਬਰ ਮੇਰਾ ਹੈ ਤੁਹਾਡੇ ਕੋ ਰਾਬਤੇ ਚ ਰਹਿਣਾ ਜਦੋਂ ਅਸੀਂ ਗਏ ਸੱਪ ਪਕੜਨ ਅੱਗੇ ਵੀ ਇੱਕ ਦੋ ਪਕੜੇ ਨੇ ਸੱਪ। ਹਾਂਜੀ ਹਾਂਜੀ ਉਹ ਦੁਨੀਆ ਹੋਰ ਵੀ ਸਾਡੇ ਜੋਗੀ ਪਕੜਦੇ ਪਏ ਨੇ। ਹਾਂਜੀ ਜਿਸ ਦਿਨ ਸਾਡਾ ਪ੍ਰੋਗਰਾਮ ਹੈ ਰਾਬਤਾ ਰੱਖਣੀ ਜਨਾਬ ਜਦੋਂ ਗਏ ਤੁਹਾਨੂੰ ਲੈ ਚੱਲਾਂਗੇ ਨਾਲ ਜ਼ਖੀਰਾ ਵਿਖਾਵਾਂਗੇ ਤੁਹਾਨੂੰ ਨਾਲ ਦੱਸਾਂਗੇ ਜੇ ਬੈਠੇ ਛੱਡਦੇ ਪਏ ਦੇਖੀਏ ਤੁਸੀਂ ਉਸਤਾਦ ਕਿਵੇਂ ਛੱਡਦੇ ਨੇ। ਹਾਂ ਹਾਂ ਚਲੇ ਚੱਲਾਂਗੇ ਨਾਲੇ ਪਤਾ ਲੱਗ ਜਾਏਗਾ ਯਾਰ ਕਿੱਦਾਂ ਆਜ਼ਾਦ ਹੁੰਦੇ ਆ ਕੀ ਕਿੰਨੇ ਕਿੰਨੇ ਹੁੰਦੇ ਆ ਉੱਥੇ ਚਰਾਗੀਆਂ ਬਾਲਣੀਆਂ ਪੈਣੀਆਂ ਚਰਾਗੀਆਂ ਨਲਡੇ ਦੀਆਂ ਚਰਾਗੀਆਂ। ਅੱਛਾ ਹਾਂ ਜੀ ਸਹੀ ਆ ਮਦਗੜ ਨੂੰ ਰੱਖ ਕੇ ਨਾ। ਹਾਂਜੀ ਹਾਂਜੀ ਨਲਡੇ ਦੀਆਂ ਚਰਗੀਆਂ ਬਾਲ ਕੇ ਤੇ ਫਿਰ ਉਹਦੇ ਉੱਤੇ ਰੱਖ ਕੇ ਤੇ ਫਿਰ ਆਜ਼ਾਦ ਕਰਨਾ ਪੈਂਦਾ ਜਦੋਂ ਤੱਕ ਚਰਗੀ ਨਾ ਬਲੇ ਉਦੋਂ ਤੱਕ ਸਾਡੀ ਵੀ ਕਲਾਮ ਨਹੀਂ ਚੱਲਦੀ। ਅੱਛਾ ਹਾਂਜੀ ਚਲੋ ਇਹ ਤਾਂ ਫਿਰ ਕਰਾਮ ਤੇ ਫੇਸ ਤੋਂ ਸਹੀ ਕਿਹਾ ਗਿਆ ਨਾ ਵੀ ਬਰਹਾਕ ਆ ਇਹਨਾਂ ਜਾਨਵਰਾਂ ਤੇ ਵੀ ਚੱਲਦਾ ਜਿਸ ਨੂੰ ਦੇਵੇ। ਬਿਲਕੁਲ ਹਕਮਤ ਇਲਮ ਕਿਸੇ ਦੀ ਪਿਓ ਦੀ ਰਿਆਸਤ ਕੋ ਨਹੀਂ ਜਿਸ ਨੂੰ ਅਦਾ ਅੱਲਾਹ ਤਾਲਾ ਕਰੇ। ਬਿਲਕੁਲ ਜੀ ਅੱਲਾਹ ਦੀ ਰਜ਼ਾ ਤੋਂ ਵੱਡੀ ਕੋਈ ਸ਼ੈ ਨਹੀਂ ਕੋਈ ਚੀਜ਼ ਕੋ ਨਹੀਂ ਚਾਹੀਦੀ ਸਰ। ਸਹੀ ਹੋ ਗਿਆ ਠੀਕ ਹੈ ਜਾਜਤਾਂ ਨੇ ਸਾਨੂੰ ਚਾਹੀਦੀ ਹੈ ਜਾਜਤ ਆ ਜੀ ਤੁਹਾਨੂੰ ਕਿਵੇਂ ਵੀ ਲੋੜ ਪਵੇ ਲੰਮਰ ਆ ਤੁਹਾਡੇ ਕੋਲ ਅਸੀਂ ਮੀਆਂ ਨਾਲ ਦੇ ਦਿਆਂ ਨੰਬਰ ਅਸੀਂ ਸੇਵ ਕੀਤਾ ਹੋਇਆ ਭਰਾ ਠੀਕ ਹੋ ਗਿਆ ਚੌਰੀ ਸਰ ਓਕੇ ਚਲੋ ਜੀ ਠੀਕ ਹੈ ਅੱਲਾਹ ਹਾਫਿਜ਼ ਜੀ ਸਰ।